ਜੇਕਰ ਪ੍ਰਸ਼ਾਸਨ ਪਹਿਲਾਂ ਜਾਗਦਾ ਤਾਂ ਬਚ ਸਕਦਾ ਸੀ ਬਟਾਲਾ ਸ਼ਹਿਰ। ਬਟਾਲਾ ਪਟਾਕਾ ਫੈਕਟਰੀ ਵਿੱਚ ਹੋਏ ਹਾਦਸੇ 'ਚ 24 ਲੋਕਾਂ ਦੀ ਜਾਨ ਚਲੀ ਗਈ ਸੀ। ਉਸ ਦੇ ਬਾਅਦ ਪ੍ਰਸ਼ਾਸਨ ਹੁਣ ਜਾਗਿਆ ਹੈ ਅਤੇ ਪਟਾਕਾ ਵੇਚਣ ਦੀ ਇਜਾਜ਼ਤ 2 ਲੋਕਾਂ ਨੂੰ ਹੀ ਦਿੱਤੀ ਗਈ ਹੈ। ਦੀਵਾਲੀ ਦੀਆਂ ਖੁਸ਼ੀਆਂ ਲੋਕ ਪਟਾਕੇ ਜਲਾ ਕੇ ਹੀ ਕਰਦੇ ਸਨ। ਇਸ ਵਾਰ ਬਟਾਲੇ ਦੇ ਲੋਕਾਂ ਨੂੰ ਪਟਾਕਾ ਖਰੀਦਣ ਲਈ ਸ਼ਹਿਰ ਤੋਂ ਲਗਭਗ 5 ਕਿਲੋਮੀਟਰ ਦੀ ਦੂਰੀ 'ਤੇ ਪਟਾਕਾ ਆ ਕੇ ਖਰੀਦਣਾ ਪਵੇਗਾ। ਬਟਾਲਾ ਦੀ ਪਸ਼ੂ ਮੰਡੀ ਵਿੱਚ ਪਟਾਕਾ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ। ਹਰਭਜਨ ਸਿੰਘ, ਦੱਸੋ ਕਿੱਥੋਂ ਪਟਾਕਾ ਲੈਣ ਆਏ ਔਰ ਕੀ ਸਮਝਦੇ ਐਡੀ ਦੂਰ ਸ਼ਹਿਰ ਤੋਂ ਬਾਹਰ ਪਟਾਕਾ ਲੱਗਾ? ਇਹ ਬਟਾਲਾ ਪਸ਼ੂ ਮੰਡੀ ਦੇ ਵਿੱਚ ਲੱਗਾ ਹੋਇਆ, ਜਿਹੜਾ ਬਾਜ਼ਾਰ ਦੇ ਵਿੱਚ ਸੀ ਉਹ ਖਤਰਨਾਕ ਕੰਮ ਸੀ। ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ, ਜਿਹੜਾ ਬਾਰ ਬਾਰ ਇਹ ਬਾਕੀ ਉਹਨਾਂ ਨੇ ਗੱਡੀ ਵਾਟਰ ਸਪਲਾਈ ਦਾ ਬੰਦੋਬਸਤ ਰੱਖਿਆ ਅਤੇ ਵਧੀਆ ਕੰਮ ਹੈ ਜੀ। ਨਰਿੰਦਰ ਵਰਮਾ ਜੀ, ਸਰਕਾਰ ਨੇ ਬਹੁਤ ਵਧੀਆ ਪ੍ਰਬੰਧ, ਗੱਡੀ ਲੱਗੀ, ਫਾਇਰ ਬ੍ਰਿਗੇਡ ਲੱਗੀ, ਇਹਦੀ ਪੁਲਿਸ ਦਾ ਮੁਲਾਜ਼ਮ ਖਲੋਤੇ ਨੇ, ਕੋਈ ਵਾਧਾ ਘਾਟਾ ਹੋਏਗਾ ਆਪੇ ਉਹ ਫਾਇਰ ਬ੍ਰਿਗੇਡ ਸਾਂਭ ਲੈਂਦੀ, ਇਹ ਤੋਂ ਗੱਲ ਹੀ ਕੋਈ ਨਹੀਂ ਹੈਗੀ ਪਟਾਕੇ ਦੇ ਅੱਗ ਲੱਗਣ ਵਾਲੀ। ਸੀ1 ਨਿਊਜ਼ ਦੇ ਲਈ ਬਟਾਲਾ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ। DC ਪ੍ਰੋਡਕਸ਼ਨਜ਼ ਲੁਧਿਆਣਾ, ਦ ਪ੍ਰੋਫੈਸ਼ਨਲ ਵੈਡਿੰਗ ਫੋਟੋਗ੍ਰਾਫਰ। ਕੰਟੈਕਟ ਫੋਰ ਵੈਡਿੰਗ ਫੋਟੋਗ੍ਰਾਫੀ, ਪ੍ਰੀ ਵੈਡਿੰਗ ਫੋਟੋਗ੍ਰਾਫੀ, ਮਾਡਲਿੰਗ ਫੋਟੋਗ੍ਰਾਫੀ, ਬਰਥਡੇ ਫੋਟੋਗ੍ਰਾਫੀ, ਸ਼ੂਟ ਵਿਦ ਡਰੋਨ, ਲਾਈਵ ਵੈਡਿੰਗ ਔਨ ਯੂਟਿਊਬ। DC ਪ੍ਰੋਡਕਸ਼ਨਜ਼ ਲੁਧਿਆਣਾ, ਦ ਪ੍ਰੋਫੈਸ਼ਨਲ ਵੈਡਿੰਗ ਫੋਟੋਗ੍ਰਾਫਰ।